ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਾਣੀ ਦੀ ਪੀਣ ਯੋਗ ਪਾਣੀ ਦੀ ਹੋ ਰਹੀ ਹੈ ਸ਼ਰੇਆਮ ਦੁਰਵਰਤੋਂ। ਇਹ ਕਲਾਨੌਰ ਸਥਿਤ ਇੱਕ ਨਿੱਜੀ ਹਸਪੀਟਲ ਦੇ ਬਾਹਰ ਇੱਕ ਵਿਅਕਤੀ ਜੋ ਕਿ ਹਰ ਰੋਜ਼ ਇੱਥੇ ਬਣੇ ਸੜਕ ਦੀ ਜਗ੍ਹਾ 'ਤੇ ਫੁੱਟਪਾਥ ਨੂੰ ਧੋਂਦਾ ਹੈ ਅਤੇ ਰਾਹਗਰੀਆਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ, ਪਰ ਜਦ ਦੂਜੇ ਪਾਸੇ ਉਸ ਨਾਲ ਗੱਲ ਕੀਤੀ ਗਈ ਤਾਂ ਉਹ ਕਹਿੰਦਾ ਕਿ ਮੈਂ ਉਸ ਦਿਨ ਧੋਂਦਾ ਹਾਂ ਜਦ ਮਿੱਟੀ ਜ਼ਿਆਦਾ ਹੋ ਜਾਂਦੀ ਹੈ। ਪਰ ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਭਾਗ ਇੱਕ ਪਾਸੇ ਤਾਂ ਕਹਿੰਦਾ ਹੈ ਕਿ ਪੀਣ ਯੋਗ ਪਾਣੀ ਜੋ ਹਮੇਸ਼ਾ ਥੱਲੇ ਜਾ ਰਿਹਾ ਉਸ ਦੀ ਦੁਰਵਰਤੋਂ ਨਾ ਕੀਤੀ ਜਾਵੇ, ਪਰ ਦੂਜੇ ਪਾਸੇ ਸ਼ਰੇਆਮ ਕਾਨੂੰਨ ਦੀਆਂ ਧਰਚੀਆਂ ਉਡਾਈਆਂ ਜਾ ਰਹੀਆਂ ਹਨ। ਇੱਥੇ ਦੇਖਣਯੋਗ ਹੈ ਕਿ ਇੱਥੇ ਬਣੇ ਸੜਕ ਦੇ ਉੱਤੇ ਹੀ ਫੁੱਟਪਾਥ ਨੂੰ ਸ਼ਰੇਆਮ ਧੋਤਾ ਜਾਂਦਾ ਹੈ ਅਤੇ ਬੇਖੌਫ ਹੋ ਕੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਰਾਹਗਰੀਆਂ ਨੂੰ ਵੀ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਇਹ ਪਾਣੀ ਸੜਕ ਦੇ ਉੱਪਰ ਵੀ ਇਕੱਠਾ ਹੋ ਜਾਂਦਾ ਹੈ। ਦੇਖਣਾ ਹੋਏਗਾ ਵਿਭਾਗ ਇਸ ਉੱਤੇ ਕੀ ਕਾਰਵਾਈ ਕਰਦਾ ਹੈ। ਦੇਖਦੇ ਰਹੋ ਮਸਕਾ ਚਸਕਾ ਟਾਈਮ ਗੁਰਦਾਸਪੁਰ। ਮੈਂ ਕਿਹਾ ਰੋਜ਼ ਧੋਂਦੇ ਜੇ? ਹਾਂਜੀ। ਅਤੇ ਤੁਹਾਨੂੰ ਨਹੀਂ ਪਤਾ ਕਿ ਪੀਣ ਯੋਗ ਪਾਣੀ ਆ, ਤੁਸੀਂ ਨਹੀਂ ਵਰਤ ਸਕਦੇ ਇੱਦਾਂ? ਹੈ ਹਾਂ। ਅੱਛਾ, ਜਦੋਂ ਜ਼ਿਆਦਾ ਮਿੱਟੀ ਹੋਈ ਉਦੋਂ ਧੋਂਦੇ ਜੇ? ਠੀਕ ਹੈ। ਅਤੇ ਤੁਹਾਨੂੰ ਕਦੇ ਕਿਸੇ ਨੇ ਮਨਾ ਨਹੀਂ ਕੀਤਾ? ਹਾਂ ਕਿ ਜਾਂ ਡਾਕਟਰ ਸਾਹਿਬ ਕਹਿੰਦੇ ਕਿ ਧੋਵੋ? ਆਪੇ ਧੋਂਦੇ ਜੀ। ਠੀਕ ਹੈ ਜੀ।